ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਸਾਰੇ ਪਹਿਲਾਂ ਚੈਨਲ ਸਬਸਕ੍ਰਾਈਬ ਕਰਿਓ, ਵੀਡੀਓ ਲਾਈਕ ਕਰਿਓ ਤੇ ਆ ਜਾਓ। ਹੁਣ ਆਪਾਂ ਡਬਲ ਡੈਕਰ ਪਨੀਰ ਸੈਂਡਵਿਚ ਤਿਆਰ ਕਰਨ ਲੱਗੇ ਹਾਂ ਤੇ ਆ ਜਾਓ ਆਪਾਂ ਸੈਂਡਵਿਚ ਤਿਆਰ ਕਰੀਏ। ਜਿਹੜਾ ਡਬਲ ਡੈਕਰ ਪਨੀਰ ਸੈਂਡਵਿਚ ਇਹ ਆਪਾਂ ਬਰਾਊਨ ਬ੍ਰੈਡ ਦੇ ਵਿੱਚ ਆ ਕੋ ਤਿੰਨ ਸਲਾਈਸ ਲੈ ਲਏ ਇਹਦੇ ਇਹਦੇ ਵਿੱਚ ਤਿਆਰ ਕਰਦੇ ਬਰਾਊਨ ਬ੍ਰੈਡ ਯੂਜ਼ ਕਰਾਂਗੇ ਇਹਦੇ 'ਚ। ਅਤੇ ਪਹਿਲਾਂ ਆਪਾਂ ਆਨੀਅਨ ਦੀ ਕਟਿੰਗ ਕਰ ਲਈਏ। ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ ਅਤੇ ਕਿਸੇ ਨੇ ਵੀ ਇਹ ਪਨੀਰ ਸੈਂਡਵਿਚ ਟਰਾਈ ਕਰਨਾ ਹੋਵੇ ਜ਼ਰੂਰ ਪਹੁੰਚੋ ਐਸ ਜੀ ਚਾਹ ਵਾਲਾ, ਚੁੰਗੀ ਵਾਲਾ ਬਾਜ਼ਾਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ। ਲੋਕੇਸ਼ਨ ਤੁਹਾਨੂੰ ਸਾਡੀ ਇੰਸਟਾ 'ਤੇ ਮਿਲ ਜਾਏਗੀ। ਇੰਸਟਾ 'ਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਜੇ ਐਸ ਜੀ ਚਾਹ ਵਾਲਾ 'ਤੇ। ਪਿਆਜ਼ ਆਪਾਂ ਛੋਟੇ ਛੋਟੇ ਕਰ ਲੈਣੇ ਆ, ਪਿਆਜ਼ ਥੋੜ੍ਹਾ ਲੱਗਦਾ ਮੈਨੂੰ। ਬਾਅਦ ਆਪਾਂ ਹੁਣ ਇਹਦੇ ਵਿੱਚ ਪਨੀਰ ਪਾਵਾਂਗੇ ਅਤੇ ਪਨੀਰ ਦੇ ਆ ਵੇਖੋ ਛੋਟੇ ਛੋਟੇ ਆਪਾਂ ਟੁਕੜੇ ਕਰ ਲਾਂਗੇ, ਕਿਉਂਕਿ ਜੇ ਆਪਾਂ ਟੁਕੜੇ ਵੱਡੇ ਰਹਿਣ ਦਿੱਤੇ ਤਾਂ ਉਹ ਮਜ਼ਾ ਨਹੀਂ ਆਉਣਾ ਇਹਦੇ ਵਿੱਚ, ਕਿਉਂਕਿ ਆਪਾਂ ਸਾਰਾ ਮੈਰੀਨੇਸ਼ਨ ਤਿਆਰ ਕਰਕੇ ਫਿਰ ਇਹਦੀ ਫਿਲਿੰਗ ਕਰਨੀ ਆ। ਅਤੇ ਨਾਲੇ ਇਹਦੀ ਡਬਲ ਲੇਅਰ ਲੱਗ ਜਾਣੀ ਹੈ ਪਨੀਰ ਦੀ ਵੀ ਅਤੇ ਓਨੀਅਨ ਦੀ ਵੀ, ਦੋਨਾਂ ਦੀ। ਇਸ ਕਰਕੇ ਲਓ ਜੀ ਪਨੀਰ ਵੀ ਸਾਡਾ ਕਟਿੰਗ ਹੋ ਗਿਆ ਵਾ ਅਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਹੀ ਮਿਕਸ ਕਰ ਲਾਂਗੇ ਪਿਆਜ਼ਾਂ ਦੇ ਵਿੱਚ ਹੀ। ਅਤੇ ਇਹਦੀ ਜਿਹੜੀ ਮੈਰੀਨੇਸ਼ਨ ਆ ਉਹ ਆਪਾਂ ਤੁਹਾਨੂੰ ਕਰਕੇ ਦਿਖਾਉਂਦੇ ਹਾਂ। ਹੁਣ ਆਪਾਂ ਇਹਦੇ ਵਿੱਚ ਸੌਸ ਪਾਵਾਂਗੇ, ਪੈਰੀ ਪੈਰੀ ਸੌਸ ਆਪਾਂ ਇਹਦੇ ਵਿੱਚ ਪਾਉਂਦੇ ਪਏ ਹਾਂ। ਅਤੇ ਸੌਸ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲਾ ਐਡ ਕਰਾਂਗੇ, ਪੈਰੀ ਪੈਰੀ ਮਸਾਲਾ ਆਪਾਂ ਇਹਦੇ ਵਿੱਚ ਐਡ ਕਰ ਦਿੱਤਾ ਪੈਰੀ ਪੈਰੀ ਪਨੀਰ ਸੈਂਡਵਿਚ ਦੇ ਵਿੱਚ। ਹੁਣ ਆਪਾਂ ਇਹਦੀ ਮੈਰੀਨੇਸ਼ਨ ਮਿਕਸ ਕਰ ਲੈਂਦੇ ਸਾਰੀ। ਖੱਟਾ ਮਿੱਠਾ ਬਹੁਤ ਹੀ ਵਧੀਆ ਇਹਦਾ ਫਲੇਵਰ ਹੈਗਾ। ਜ਼ਰੂਰ ਆਇਓ ਇੱਕ ਵਾਰ ਦੁਕਾਨ 'ਤੇ ਐਸ ਜੀ ਚਾਹ ਵਾਲਾ, ਚੁੰਗੀ ਵਾਲਾ ਬਾਜ਼ਾਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ। ਜ਼ਰੂਰ ਵਿਜ਼ਿਟ ਕਰਿਓ। ਹੁਣ ਆਪਾਂ ਇਹ ਫਿਲਿੰਗ ਸਾਡੀ ਜਿਹੜੀ ਤਿਆਰ ਹੋ ਗਈ ਆ ਇਹ ਸਾਰੀ ਇਹ ਬਰਾਊਨ ਬ੍ਰੈਡ ਦੇ ਵਿੱਚ ਆਪਾਂ ਐਡ ਕਰਾਂਗੇ। ਫਿਲਿੰਗ ਵੱਲੋਂ ਆਪਾਂ ਕਮੀ ਨਹੀਂ ਰਹਿਣ ਦੇਣੀ, ਪੂਰਾ ਚੰਗੀ ਤਰ੍ਹਾਂ ਭਰ ਕੇ ਇਹਨੂੰ ਸੈਂਡਵਿਚ ਨੂੰ, ਕਿਉਂਕਿ ਜੇ ਸੈਂਡਵਿਚ ਦੇ ਵਿੱਚ ਕੁਝ ਹੋਏਗਾ ਤਾਂ ਖਾਣ ਦਾ ਮਜ਼ਾ ਆਊਗਾ। ਇੱਕ ਪੀਸ ਦੀ ਫਿਲਿੰਗ ਸਾਡੀ ਪੂਰੀ ਹੋ ਗਈ ਆ। ਹੁਣ ਇੱਕ ਲੇਅਰ ਆਪਾਂ ਬ੍ਰੈਡ ਦੀ ਇਹਦੇ ਉੱਤੇ ਲਾ ਕੇ ਹੁਣ ਦੂਸਰੀ ਜਿਹੜੀ, ਕਿਉਂਕਿ ਇਹ ਸੈਂਡਵਿਚ ਦਾ ਨਾਮ ਹੈਗਾ ਡਬਲ ਡੈਕਰ ਪੈਰੀ ਪੈਰੀ ਪਨੀਰ ਸੈਂਡਵਿਚ। ਜਿਹੜੀ ਇਹਦੇ ਵਿੱਚੋਂ ਮਸਾਲਿਆਂ ਦੀ ਸੌਸ ਦੀ ਖੁਸ਼ਬੂ ਹੁੰਦੀ ਪਈ ਨਾ, ਬਹੁਤ ਹੀ ਵਧੀਆ। ਇਹ ਸਾਰੀ ਫਿਲਿੰਗ ਆਪਾਂ ਇਹਦੇ ਉੱਤੇ ਪਾ ਦਿੱਤੀ ਅਤੇ ਹੁਣ ਆ ਜਿਹੜਾ ਤੀਸਰੀ ਲੇਅਰ ਸਾਡੀ ਤੀਜਾ ਪੀਸ ਆ ਉਹ ਆਪਾਂ ਇਹਦੇ ਉੱਤੇ ਲਾ ਕੇ ਅਤੇ ਆ ਵੇਖੋ ਮੈਂ ਤੁਹਾਨੂੰ ਚੁੱਕ ਕੇ ਵਿਖਾਉਂਦਾ ਡਬਲ ਡੈਕਰ ਬਣ ਗਿਆ। ਫਿਲਿੰਗ ਵੇਖੋ ਤੁਸੀਂ ਇਹਦੇ ਵਿੱਚ, ਕਿਸੇ ਬੰਨਿਓ ਵੀ ਕੋਈ ਵੀ ਕਮੀ ਨਹੀਂ ਹੈਗੀ, ਜਾਂ ਪਨੀਰ ਦੀ, ਸੌਸ ਦੀ, ਮਸਾਲਿਆਂ ਦੀ, ਕਿਸੇ ਵੀ ਚੀਜ਼ ਦੀ। ਹੁਣ ਆਪਾਂ ਇਹਨੂੰ ਗਰਿੱਲ ਦੇ ਵਿੱਚ, ਗਰਿੱਲ ਸਾਡੀ ਗਰਮ ਹੋ ਗਈ ਹੈ ਅਤੇ ਮੱਖਣ ਲਾਉਂਦੇ ਸਾਰ ਹੀ ਆ ਵੇਖੋ ਕਿੱਦਾਂ ਧੂੰਆਂ ਨਿਕਲਿਆ। ਹੁਣ ਆਪਾਂ ਇਹਦੇ ਉੱਤੇ ਆਪਣਾ ਸੈਂਡਵਿਚ ਜਿਹੜਾ ਉਹ ਰੱਖ ਦਾਂਗੇ ਗਰਿੱਲ ਕਰਨ ਦੇ ਲਈ। ਇਹਦੇ ਉੱਤੇ ਵੀ ਆਪਾਂ ਵੇਖੋ ਚੰਗੀ ਤਰ੍ਹਾਂ ਮੱਖਣ ਲਾਵਾਂਗੇ ਬ੍ਰਸ਼ ਦੇ ਨਾਲ। ਗਰਿੱਲ ਨੂੰ ਆਪਾਂ ਹੁਣ ਕਰ ਦਿੰਦੇ ਬੰਦ ਕਿ ਜਿਹੜਾ ਸੈਂਡਵਿਚ ਸਾਡਾ ਚੰਗੀ ਤਰ੍ਹਾਂ ਹੋ ਜਾਏ ਗਰਿੱਲ। ਅਤੇ 2 ਤੋਂ 4 ਮਿੰਟ ਵਾਸਤੇ ਆਪਾਂ ਇਹਨੂੰ ਗਰਿੱਲ ਦੇ ਵਿੱਚ ਰਹਿਣ ਦਾਂਗੇ, ਚੰਗੀ ਤਰ੍ਹਾਂ ਗਰਿੱਲ ਹੋ ਜਾਏਗਾ, ਕ੍ਰਿਸਪੀ ਹੋ ਜਾਊਗਾ। ਅਤੇ ਨਾਲੇ ਆਪਾਂ ਫਿਰ ਇੱਕ ਵਾਰ ਇਹਨੂੰ ਪਲਟ ਕੇ ਫਿਰ ਇਹਦੇ ਉੱਤੇ ਮੱਖਣ ਲਾ ਦਾਂਗੇ ਅਤੇ ਬੜਾ ਹੀ ਸਵਾਦ ਬਣਦਾ ਇਹ ਸੈਂਡਵਿਚ। ਜ਼ਰੂਰ ਆਇਓ ਦੁਕਾਨ 'ਤੇ ਅਤੇ ਜ਼ਰੂਰ ਇਹਦਾ ਟੇਸਟ ਕਰਿਓ ਅਤੇ ਹੋਰ ਵੀ ਤੁਹਾਨੂੰ ਨਵੀਆਂ ਨਵੀਆਂ ਆਪਾਂ ਆਈਟਮਾਂ ਟੇਸਟ ਕਰਾਵਾਂਗੇ।
एक डेढ़ मिनट हो गया ग्रिल दे विचों आ कोई धुआं निकलना पिया ते आपां ग्रिल नूं खोलदे ओए हो काफी गर्म हो गई ग्रिल साडी हूँ आप पलटी मार के ये उत्ते फिर दोबारा तो मक्खन लावांगे मक्खन वालों अं कोई कमी नहीं रहन देनी क्योंकि मक्खन लगेगा तो मज़ा आएगा सैंडविच का उदा खाने का मज़ा भी नहीं आना दोबारा अं एक बार फिर इनू डबल डेकर का मतलब आ तकरीबन डेढ़ दो इंची सैंडविच साडा मोटा हो जाता क्योंकि उसके फिलिंग भी पै जाती है तो ब्राउन ब्रैड आप यूज करते कोई मैदे वाली जी ब्रैड वाइट होंगी वह नहीं आप यूज करी दी लो जी ग्रिल आप दी खोल सैंडविच का तुम कलर वेख सकते कि वधिया गोल्डन ब्राउन कलर आया ए हूँ आप करते हैं कटिंग कटिंग दे टाइम तो ही शायद सुन सको कटिंग के बच्चे आवाज आती भी जेड़ा आप क्रिस्पी हो जाए ना वो टेस्ट करके विखाने डबल डेकर सैंडविच जरा भी यहाँ टेस्ट किदा का बहुत ही वधिया सैंडविच आ पूरा पनीर ना लोडेड है ते थोड़ा जा स्पाइसी पेरी पेरी सॉस का टेस्ट है जिन्हें भी सैंडविच ट्राई करना जरूर आयो ऐसी चाह वाला चुंगी वाला बाजार सुल्तानगंज रोड अमृतसर वीडियो लाइक शेयर कमेंट करो चैनल जरूर सबसक्राइब कर दियो ता जो नवी नवी वीडियो फूड दियाँ तुहानू सब तो पहला मिलदियाँ रहन बाय बाय।